ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਕਿਸੇ ਵੀਰ ਵੱਲੋਂ ਇੱਕ ਸਵਾਲ ਆਇਆ ਸੀ ਸਵਾਲ ਇਹ ਸੀ ਵੀ ਕੀ ਅਸੀਂ ਗੁਰਬਾਣੀ ਦੀਆਂ ਜਿਹੜੀਆਂ ਦੋ ਭਾਗਾ ਵਾਲੀਆਂ ਸੈਂਚੀਆਂ ਹਨ ਕੀ ਉਹਨਾਂ ਸੈਂਚੀਆਂ ਤੋਂ ਅਸੀਂ ਗੁਰਬਾਣੀ ਦਾ ਸਹਿਜ ਪਾਠ ਆਰੰਭ ਕਰ ਸਕਦੇ ਹਾਂ ਤੇ ਗੁਰਬਾਣੀ ਦੀਆਂ ਦੋ ਭਾਗਾ ਵਾਲੀਆਂ ਸੈਂਚੀਆਂ ਤੋਂ ਹੀ ਕੀ ਅਸੀਂ ਗੁਰਬਾਣੀ ਦੇ ਆਰੰਭ ਕੀਤੇ ਹੋਏ ਸਹਿਜ ਪਾਠ ਦਾ ਭੋਗ ਵੀ ਪਾ ਸਕਦੇ ਹਾਂ ਹਾਲਾਂਕਿ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਵੀ ਇਸ ਟੌਪਿਕ ਤੇ ਇਸ ਵਿਸ਼ੇ ਤੇ ਮੈਂ ਪਹਿਲਾਂ ਵੀ ਇੱਕ ਦੋ ਵਾਰ ਜਿਹੜੀ ਆ ਉਹ ਬੜੀ ਡਿਟੇਲ ਦੇ ਵਿੱਚ ਜਿਹੜੀ ਆ ਉਹ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ ਆ ਪਰ ਫਿਰ ਵੀ ਮੈਨੂੰ ਲੱਗਦਾ ਹੈ ਵੀ ਕਈ ਸਿੱਖ ਸੰਗਤਾਂ ਤੱਕ ਹਾਲੇ ਉਹ ਜਾਣਕਾਰੀ ਜਿਹੜੀ ਆ ਉਹ ਪਹੁੰਚ ਨਹੀਂ ਸકી ਸ਼ਾਇਦ ਇਹ ਇਸੇ ਕਰਕੇ ਕਈ ਸੱਜਣਾ ਵੱਲੋਂ ਕਈ ਭੈਣਾ ਵੱਲੋਂ ਵੀ ਮੈਨੂੰ ਅਕਸਰ ਵਾਰ-ਵਾਰ ਇਹ ਫਿਰ ਦੁਬਾਰਾ ਪੁੱਛਿਆ ਜਾਂਦਾ ਹੈ ਵੀ ਗੁਰਬਾਣੀ ਦਾ ਜਿਹੜਾ ਸਹਿਜ ਪਾਠ ਆ ਕੀ ਉਹ ਸਹਿਜ ਪਾਠ ਅਸੀਂ ਗੁਰਬਾਣੀ ਦੀਆਂ ਦੋ ਭਾਗਾ ਵਾਲੀਆਂ ਸੈਂਚੀਆਂ ਤੋਂ ਸ਼ੁਰੂ ਕਰ ਸਕਦੇ ਹਾਂ ਤੇ ਅੱਜ ਫਿਰ ਇੱਕਦਮ ਦਫਾ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਵੀ ਜਿਹੜਾ ਗੁਰਬਾਣੀ ਦਾ ਸਹਿਜ ਪਾਠ ਮੈਂ ਅਕਸਰ ਜਿਵੇਂ ਤੁਹਾਨੂੰ ਕਹਿਣਾ ਵੀ ਗੁਰਬਾਣੀ ਦਾ ਜਿਹੜਾ ਸਹਿਜ ਪਾਠ ਆ ਉਹ ਆਪਣੀ ਲਾਈਫ ਦੇ ਵਿੱਚ ਜਰੂਰ ਸ਼ੁਰੂ ਕਰੋ ਚਾਹੇ ਤੁਹਾਨੂੰ ਗੁਰਬਾਣੀ ਦਾ ਪਾਠ ਆਉਂਦਾ ਹੈ ਚਾਹੇ ਨਹੀਂ ਹੁੰਦਾ ਹਾਂ ਸਿੱਖਣਾ ਜ਼ਰੂਰ ਆ ਜੇ ਤੁਹਾਡੇ ਮਨ ਵਿੱਚ ਆ ਵੀ ਮੈਂ ਗੁਰਬਾਣੀ ਪੜ੍ਹਨੀ ਆ ਸਿੱਖਣ ਦੀ ਜ਼ਰੂਰ ਕੋਸ਼ਿਸ਼ ਕਰੋ ਪਾਠ ਸ਼ੁੱਧ ਉਚਾਰਨ ਸਿੱਖਣ ਦੀ ਪਰ ਹਾਂ ਸਹਿਜ ਪਾਠ ਜਿਹੜਾ ਉਹ ਜ਼ਰੂਰ ਸ਼ੁਰੂ ਕਰਨਾ ਹੈ ਪਰ ਸ਼ੁਰੂ ਜਿਹੜਾ ਕਰਨਾ ਹੈ ਸਾਡੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਸਾਨੂੰ ਇਹੀ ਦੱਸਿਆ ਗਿਆ ਹੈ ਵੀ ਗੁਰਬਾਣੀ ਦਾ ਜਿਹੜਾ ਸਹਿਜ ਪਾਠ ਹੈ ਉਹ ਸਹਿਜ ਪਾਠ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨ ਸਰੂਪ ਤੋਂ ਜਿਹੜਾ ਉਹ ਆਰੰਭ ਕਰੀਏ देखो जेकर ਤੁਹਾਡੇ ਘਰ ਦੇ پاس ਨੇੜੇ ਤੇੜੇ ਗੁਰਦੁਆਰਾ ਸਾਹਿਬਾ ਕਿਉਂਕਿ ਵੈਸੇ ਤੇ ਮੈਂ ਇਹ ਬੇਨਤੀ ਕਰਨਾ ਚਾਹਾਂਗਾ ਅੱਜਕੱਲ ਜੇ ਆਪਾਂ ਆਖੀਏ ਆਖੀਏ ਤਾਂ ਗੁਰਦੁਆਰੇ ਸਾਹਿਬ ਜਿਹੜੇ ਆ ਉਹ ਹਰ ਇੱਕ ਮਹੱਲੇ ਦੇ ਵਿੱਚ 4 4 5 5 10 10 20 ਗੁਰਦੁਆਰੇ ਸਾਹਿਬ ਉਹ ਬਣੇ ਹੋਏ ਆ ਪਿੰਡਾਂ 'ਚ ਵੀ ਬਣੇ ਹੋਏ ਆ ਬਾਹਰਲੇ ਇਹ ਮੁਲਕਾਂ ਦੇ ਵਿੱਚ ਵੀ ਬਣੇ ਹੋਏ ਆ ਤੋ ਗੁਰਦੁਆਰੇ ਸੇਵਾ ਨਾਲ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਰੂਪ ਜਿਹੜਾ ਹੈ ਉੱਤੇ ਸਾਨੂੰ ਪ੍ਰਕਾਸ਼ਮਣ ਮਿਲ ਜਾਂਦਾ ਹੈ ਘਰ ਘਰ ਦੇ ਵਿੱਚ ਤੁਸੀਂ ਕੜਾ ਪ੍ਰਸ਼ਾਦੀ ਦੇ ਤਿਆਰ ਕਰ ਲੋ ਜੀ ਕੜਾ ਪ੍ਰਸ਼ਾਦੀ ਦੇ ਤਿਆਰ ਕਰਕੇ ਗੁਰਦੁਆਰਾ ਸਾਹਿਬ ਜਾਓ ਗੁਰੂ ਗ੍ਰੰਥ ਸਾਹਿਬ ਜੀ ਮਹਾਰਤ ਦਾ ਸਰੂਪ ਜਿੱਥੇ ਪ੍ਰਕਾਸ਼ਮਾਨ ਤੁਸੀਂ ਲਾਗੇ ਕੜਾ ਪ੍ਰਸ਼ਾਦੀ ਦੇਖ ਰੱਖ ਲੋ ਫਿਰ ਬੜੇ ਅਦਬ ਦੇ ਨਾਲ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਬੈਠੋ 6 ਪੌੜੀਆਂ ਅਨੰਦ ਸੇਵ ਦੀ ਬਾਣੀ ਦਾ ਪਾਠ ਕਰੋ ਜਿਹੜੇ 6 ਪੌੜੀਆਂ ਅਸੀਂ ਰਹਿ ਰਾਸ ਦੀ ਪਾਵਨ ਬਾਣੀ ਦੇ ਵਿੱਚ ਪੜਦੇ ਹਾਂ ਉਹ 6 ਪੌੜੀਆਂ ਅਨੰਦ ਸੇਵ ਦੀ ਬਾਣੀ ਦਾ ਪਾਠ ਕਰ ਲਓ ਫਿਰ ਉੱਠ ਕੇ ਵੱਡੀ ਅਰਦਾਸ ਕਰਨੀ ਆ ਵੱਡੀ ਅਰਦਾਸ ਜਿਹੜੀ ਆਪਾਂ ਗੁਟਕੇ ਸਾਹਿਬ ਤੋਂ ਰੋਜ਼ਾਨਾ ਕਰਦੀ ਆ ਉਸ ਵੱਡੀ ਅਰਦਾਸ ਵਿੱਚ ਤੁਸੀਂ ਬੇਨਤੀ ਲਾਉਣੀ ਆ ਮਹਾਰਾਜ ਜੀ ਨੂੰ ਵੀ ਮਹਾਰਾਜ ਵੀ ਮੈਂ ਆਪ ਜੀ ਦੀ ਕਿਰਪਾ ਨਾਲ ਗੁਰਬਾਣੀ ਦਾ ਸਹਿਜ ਪਾਠ ਜਿਹੜਾ ਹੈ ਉਹ ਅੱਜ ਆਰੰਭ ਕਰਨ ਲੱਗਾ ਤੇ ਤੁਸੀਂ ਕਿਰਪਾ ਕਰਿਓ ਮੈਨੂੰ ਸੁੱਧ ਸਪਸ਼ਟ ਬਾਣੀ ਪੜਨ ਦੀ ਜਿਹੜੀ ਆ ਉਸ ਮਤਬੁੱద్ధి ਬਖਸ਼ਿਓ ਬਾਕੀ ਜੋ ਵੀ ਤੁਹਾਡੀ ਪਾਵਣਾ ਤੁਸੀਂ ਅਰਦਾਸ ਰੂਪ ਮਹਾਰਾਜ ਜੀ ਦੇ ਸਾਹਮਣੇ ਰੱਖ ਸਕਦੇ ਹੋ ਅਰਦਾਸ ਕਰਕੇ ਜਿਕਾਰਾ ਛੱਡ ਕੇ ਫਤਿਹ ਬੁਲਾ ਕੇ ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੋ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦਾ ਹੁਕਮਨਾਮਾ ਸਾਹਿਬ ਲੋ ਗੁਰੂ ਸਾਹਿਬ ਦੀ ਪਾਵਨ ਅੰਮ੍ਰਿਤਮੀ ਗੁਰੂ ਸਾਹਿਬ ਦੀ ਪਾਵਨ ਅੰਮ੍ਰਿਤਮੀ ਬਾਣੀ ਦਾ ਹੁਕਮਨਾਮਾ ਸਾਹਿਬ ਲੈ ਕੇ ਹੁਕਮਨਾਮਾ ਸਾਹਿਬ ਲੈਣ ਤੋਂ ਬਾਅਦ ਫਿਰ ਸ਼ੁਰੂ ਤੋਂ ਅੰਗ ਪਰਤਾ ਕੇ ਜਿਸ ਅੰਕ ਤੋਂ ਜਪਜੀ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਆਰੰਭ ਹੁੰਦਾ ਹੈ ਉੱਥੋਂ ਕੱਢ ਕੇ ਜਪਜੀ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਸ਼ੁਰੂ ਕਰ ਲੋ ਸਾਰੀ ਜਪਜੀਤ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਕਰਕੇ ਅੰਕ ਨੰਬਰ ਨੋਟ ਕਰ ਲਓ ਇੱਕ ਕਾਪੀ ਤੇ ਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਦੇ ਉਹੀ ਅੰਕ ਕੜ ਦੋ ਜਿੱਥੇ ਹੁਕਮਨਾਮਾ ਸਾਹਿਬ ਅਸੀਂ ਲਿਆ ਸੀ ਉਸ ਤੋਂ ਬਾਅਦ ਰੋਮਾਲਾ ਸਾਹਿਬ ਦੇ ਕੇ ਅਦਬ ਨਾਲ ਉਠੋ ਕੜਾ ਪ੍ਰਸ਼ਾਦੀ ਦੇਖ ਨੂੰ ਕਿਰਪਾਣ ਭੇਟ ਕਰਕੇ ਪੰਜ ਪਿਆਰਿਆਂ ਦਾ ਗੱਫਾ ਕੱਢ ਕੇ ਸੰਗਤ ਚ ਵਰਤਾ ਦਿਓ ਜਾਨੀ ਕੜਾ ਪ੍ਰਸ਼ਾਦੀ ਦੇਖ ਵਰਤਾ ਕੇ ਹੁਣ ਤੁਸੀਂ ਘਰ ਆ ਜਾਓ ਜਿਹੜੀਆਂ ਤੁਹਾਡੇ ਕੋਲ ਦੋ ਭਾਗਾ ਵਾਲੀਆਂ ਗੁਰਬਾਣੀ ਦੀਆਂ ਸੈਂਚੀਆਂ ਹਨ ਉਹਨਾਂ ਸੈਂਚੀਆਂ ਤੋਂ ਫਿਰ ਲੜੀਵਾਰ ਤੁਸੀਂ ਜਦੋਂ ਵੀ ਤੁਹਾਨੂੰ ਟਾਈਮ ਲੱਗੇ ਸਵੇਰੇ ਸ਼ਾਮ ਦੁਪਹਿਰ ਜਦੋਂ ਵੀ ਟਾਈਮ ਲੱਗੇ ਤੁਸੀਂ ਆਪਣਾ ਸਹਿਜ ਪਾਠ ਕੰਟੀਨਿਊ ਕਰ ਲਓ ਇਸੇ ਤਰ੍ਹਾਂ ਹੀ ਭੋਗ ਪਾਉਣ ਦੀ ਵਿਧੀ ਹੈ ਜੀ ਪੋਗ ਪਾਉਣ ਵਾਲੇ ਦਿਨ ਵੀ ਤੁਸੀਂ ਕੜਾ ਪ੍ਰਸ਼ਾਦ ਦੀ ਤਿਆਰ ਕਰਨੀ ਹੈ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਰਦੀ ਬਾਣੀ ਦੇ ਸ਼ਲੋਕ ਪੜ੍ਹ ਕੇ ਤੇ ਸਤਨਕ ਰੀਤੀ ਅਨੁਸਾਰ ਰਾਗਮਾਲਾ ਦਾ ਪਾਠ ਕਰਕੇ ਪੋਗ ਪਾਲੂ ਨਾਨਕ ਸਾਹਿਬ ਦਾ ਪਾਠ ਕਰੋ ਫਿਰ ਛੇ ਪੋੜੀਆਂ ਨਾਨਕ ਸਾਹਿਬ ਦਾ ਪਾਠ ਕਰਕੇ ਅਰਦਾਸ ਕਰੋ ਫਿਰ ਹੁਕਮ ਰਾਮਾ ਸਾਹਿਬ ਲੋ ਤਾਂ ਇਸ ਢੰਗ ਤਰੀਕੇ ਨਾਲ ਸਹਿਜ ਬਾਣੀ ਦੀ ਅਰੰਭਤਾ ਵੀ ਹੋ ਜਾਣੀ ਹੈ ਜੀ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਨ ਸਰੂਪ ਤੋਂ ਸਹਿਜ ਪਾਠ ਦਾ ਜਿਹੜਾ ਆਰੰਭ ਕੀਤਾ ਉਹ ਪੋਗ ਵੀ ਪੈ ਜਾਣਾ ਹੈ ਹਾਂ ਇੱਕ ਕੰਡੀਸ਼ਨ ਜ਼ਰੂਰ ਹੈ ਜੇਕਰ ਤੁਹਾਡੇ ਨੇੜੇ ਤੇਰੇ ਕੋਈ ਗੁਰਦੁਆਰਾ ਸਾਹਿਬ ਨਹੀਂ ਸ਼ਿਸ਼ੋਭਦ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਤੁਹਾਡੇ ਪਾਸ ਸਰੂਪ ਨਹੀਂ ਸਰੂਪ ਵੀ ਨਹੀਂ ਹੈ ਹਾਂ ਜਾਂ ਫਿਰ ਕੋਈ ਅ ਮਰਜੈਂਸੀ ਆ ਗਈ ਆ ਹਾਂ ਉਸ ਕੰਡੀਸ਼ਨ ਦੇ ਵਿੱਚ ਅਸੀਂ ਜ਼ਰੂਰ ਜਿਹੜਾ ਮੈਂ ਸੰਗਤ ਨੂੰ ਸੁਜੈਸਟ ਕਰਦਾ ਹੁਣਾਂ ਵੀ ਜੇ ਤੁਸੀਂ ਸਹਿਜ ਪਾਠ ਆਰੰਭ ਕਰਨਾ ਹੈ ਤੁਸੀਂ ਸੈਂਚੀ ਸਾਹਿਬ ਤੋਂ ਕਰ ਸਕਦੇ ਹੋ ਪਰ ਮੈਂ ਤੁਹਾਨੂੰ ਇਹ ਇਹ ਗੱਲ ਜਿਹੜੀ ਆ ਉਸ ਕੰਡੀਸ਼ਨ 'ਚ ਨਹੀਂ ਆਖਾਂਗਾ ਜੇਕਰ ਤੁਹਾਡੇ ਨੇੜੇ ਗੁਰਦੁਆਰਾ ਸਾਹਿਬ ਵੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਵੀ ਹੈ ਤੇ ਫਿਰ ਤੁਹਾਨੂੰ ਚਾਹੀਦਾ ਹੈ ਗੁਰਦੁਆਰਾ ਸਾਹਿਬ ਜਾ ਕੇ ਹੀ ਜਿਹੜਾ ਵਾ ਸਹਿਜ ਪਾਠ ਦਾ ਤੁਸੀਂ ਸਹਿਜ ਪਾਠ ਦੀ ਤੁਸੀਂ ਆਰੰਭਤਾ ਵੀ ਕਰੋ ਤੇ ਉੱਥੇ ਹੀ ਜਾ ਕੇ ਭੋਗ ਪਾਓ ਕਿਉਂਕਿ ਮੈਂ ਪਿੱਛੇ ਕੀ ਵੀ ਬੇਨਤੀ ਕੀਤੀ ਸੀ ਜੇਕਰ ਆਪਾਂ ਸਾਰੇ ਸੈਂਚੀ ਸਾਹਿਬ ਤੋਂ ਹੀ ਜਿਹੜੇ ਆ ਸਹਿਜ ਪਾਠ ਆਰੰਭ ਕਰਨਾ ਸ਼ੁਰੂ ਕਰਦੇ ਆਂਗੇ ਭੋਗ ਵੀ ਪਾ ਲਵਾਂਗੇ ਤੇ ਫਿਰ ਇਹ ਇੱਕ ਜਿਹੜੀ ਆ ਇੱਕ ਗਲਤ ਇੱਕ ਪਰੰਪਰਾ ਸ਼ੁਰੂ ਹੋ ਜਾਏਗੀ ਇੱਕ ਪਰਪਾਰਟੀ ਚੱਲ ਜਾਏਗੀ ਕਿਉਂਕਿ ਪਿੱਛੇ ਕੀ ਮੈਨੂੰ ਕਿਸੇ ਨੇ ਦੱਸਿਆ ਸੀ ਵੀ ਕਈ ਜਿਹੜੀਆਂ ਜਿਹੜੀਆਂ ਬੀਬੀਆਂ ਭੈਣਾ ਸੁਖਨੀ ਸਾਹਿਬ ਸੇਵਾ ਸੁਸਾਇਟੀਆਂ ਚਲੋਣ ਵਾਲੀਆਂ ਹਨ ਕਈ ਜਗ੍ਹਾ ਦੇ ਉਤੇ ਉਹ ਸਾਂਚੀ ਸਾਹਿਬ ਘਰਾਂ ਵਿੱਚ ਲਿਜਾ ਕੇ ਉੱਥੇ ਪਾਠ ਕਰਕੇ ਹੁਕਮਨਾਮਾ ਸਾਹਿਬ ਲੈ ਕੇ ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਆ ਉਹ ਬਣਾ ਕੇ ਭੋਗ ਉਹ ਜਾਨੀ ਕਿ ਸੁਖਰੀ ਸਾਹਿਬ ਦਾ ਭੋਗ ਪਾ ਦਿੰਦੇ ਆ ਤੇ ਉਹਦੇ ਕੜਾ ਪ੍ਰਸ਼ਾਦ ਦੀ ਦੇਗ ਵਰਤਾ ਦਿੰਦੇ ਆ ਪਰ ਇਸ ਤੰਗ ਨਾਲ ਇਹ ਅਸੀਂ ਗਲਤ ਪ੍ਰਪਰਟੀ ਨਹੀਂ ਚਲੋਣੀ ਹਾਂ ਜੇਕਰ ਸੰਗਤ ਇਕੱਠੀ ਹੋਈ ਆ ਘਰਾਂ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਗੁਰਦੁਆਰਾ ਸਾਹਿਬ ਤੋਂ ਲੈ ਕੇ ਆਉ ਪਾਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਸੰਗਤ ਇਕੱਠੀ ਹੋਵੇ ਫਿਰ ਉੱਥੇ ਅਰਦਾਸ ਹੋਵੇ ਅਨੰਦ ਸਾਹਿਬ ਪੜਿਆ ਜਾਵੇ ਕੜਾ ਪ੍ਰਸ਼ਾਦੀ ਦੀਏਕ ਵੀ ਹੋਵੇ ਗੁਰੂ ਕਾ ਲੰਗਰ ਵੀ ਹੋਵੇ ਹਾਂ ਇਹ ਜਿਹੜੀ ਪਰੰਪਰਾ ਹੈ ਸਾਡੀ ਇਹ ਮਰਿਆਦਾ ਹੈ ਪਰ ਇਕੱਲਾ ਸੈਂਚੀ ਸਾਹਿਬ ਘਰ ਵਿੱਚ ਲਿਜਾ ਕੇ ਉਹਦੇ ਉਹਦੇ ਇੱਧਰ-ਇੱਧਰ ਸੰਗਤ ਇਕੱਠੀ ਕਰਕੇ ਉਹ ਅਸੀਂ ਗਲਤ ਪ੍ਰਪਰਟੀ ਨਹੀਂ ਚਲੋਣੀ ਤੁਸੀਂ ਮੇਰਾ ਇਸ਼ਾਰਾ ਸਮਝ ਗਏ ਹੋਵੋਗੇ ਤਾਂ ਮੈਂ ਇਹੀ ਬੇਨਤੀ ਕਰਨਾ ਚਾਹਾਂਗਾ ਜਿਹੜਾ ਸਹਿਜ ਪਾਠ ਆ ਉਹ ਗੁਰੂ ਗ੍ਰੰਥ ਸਾਹਿਬ ਤੋਂ ਤੁਸੀਂ ਜ਼ਰੂਰ ਸ਼ੁਰੂ ਕਰਿਆ ਕਰੋ ਤੇ ਮੈਂ ਉਮੀਦ ਕਰਦਾ ਅੱਜ ਦੇ ਇਸ ਪ੍ਰੋਗਰਾਮ ਜ ਦਿੱਤੀ ਹੋਈ ਜਾਣਕਾਰੀ ਆਪ ਜੀ ਨੂੰ ਜਰੂਰ ਸਮੇਂ ਵਿੱਚ ਆ ਗਈ ਹੋਵੇਗੀ ਤੇ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਆ ਹੋਰ ਵੀ ਸਿੱਖ ਸੰਗਤਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕਿਉਂਕਿ ਬਹੁਤ ਸਿੱਖ ਸੰਗਤਾਂ ਐਸੀਆਂ ਹਨ ਜਿਨ੍ਹਾਂ ਨੂੰ ਇਹਦੇ ਬਾਰੇ ਜਿਹੜੀ ਆ ਉਹ ਜਾਣਕਾਰੀ ਘੱਟ ਹੈ ਤੋਂ ਇਸ ਵਾਸਤੇ ਬੇਨਤੀ ਕਰ ਰਿਹਾ ਵੀ ਸਿੱਖ ਸੰਗਤਾਂ ਨਾਲ ਵੱਧ ਤੋਂ ਵੱਧ ਜਿਹੜੀ ਆ ਅਜਿਹੀ ਜਾਣਕਾਰੀ ਉਹ ਜਰੂਰ ਸ਼ੇਅਰ ਕਰਿਆ ਕਰੋ ਤੁਹਾਡੇ ਵੀ ਮਨ ਦੇ ਕੁਲੇਖੇ ਦੂਰ ਹੋਣਗੇ ਅਤੇ ਹੋਰ ਨਾਸਿਕ ਸੰਗਤਾਂ ਜਿਨ੍ਹਾਂ ਦੇ ਮਨਾਂ ਵਿੱਚ ਇਹ ਪਰਮ ਹਨ ਇਹ ਭੁਲੇਖੇ ਹਨ ਜਾਂ ਜਿਨ੍ਹਾਂ ਦੇ ਮਨਾਂ 'ਚ ਐਸੇ ਸਵਾਲ ਹਨ ਉਹਨਾਂ ਦੇ ਵੀ ਸਵਾਲਾਂ ਦੇ ਇਹ ਉੱਤਰ ਮਿਲ ਜਾਣਗੇ। ਤੋਂ ਅ ਅਗਾਹ ਹੋਣ ਵਾਲੇ ਸਮੇਂ ਵਿੱਚ ਫਿਰ ਮੈਂ ਕੋਈ ਨਵਾਂ ਪ੍ਰੋਗਰਾਮ ਲੈ ਕੇ ਆਪ ਜੀ ਦੇ ਸਾਹਮਣੇ ਹਾਜ਼ਰ ਹੋਵਾਂਗਾ। ਸਾਰੀਆਂ ਸੰਗਤਾਂ ਦਾ ਧੰਨਵਾਦ। ਆਪਕੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।